इलाका भूमा के गुरुद्वारा बाबा रोडा जी में हर साल की तरह इस साल भी बाबा जी का सालाना मेला दरबार के गद्दी नशीन सरदार हरनेक सिंह पटवारी और सुखबीर सिंह जी की अगुवाई में बड़ी धूमधाम के साथ मनाया गया। इस मौके पर सुखबीर सिंह भुल्लर, हरपाल सिंह डिंपल, संधू मनजीत सिंह, EXN कॉरपोरेशन मनजीत सिंह, गुरप्रीत सिंह, सरपंच निशान सिंह, मेंबर पंचायत आदि सेवादारों ने दरबार में हाजिरी भरी। इस मौके पर सेवादार सुखबीर सिंह जी ने बाबा जी की जीवनी पर रोशनी डाली और बाबा जी को प्रसाद का भोग लगाया और संगत में बांटा गया। अमृतसर खबर आज तक से मधु राजपूत की विशेष रिपोर्ट। ਹਾਂਜੀ, ਮੈਂ ਸੁਖਬੀਰ ਸਿੰਘ, ਪਿੰਡ ਭੂਮਾ, ਜ਼ਿਲ੍ਹਾ ਅੰਮ੍ਰਿਤਸਰ, ਉੱਥੋਂ ਰਹਿਣ ਵਾਲਾ ਜੀ। ਇਸ ਤਰ੍ਹਾਂ ਸਾਡੇ ਬਾਬਾ ਰੋਡੇ ਦਾ ਮੇਲਾ ਜਿਹੜਾ ਜੀ ਹਰ ਸਾਲ 23-24 ਮਾਰਚ ਨੂੰ ਲੱਗਦਾ ਜੀ। ਲੋਕ ਦੂਰੋਂ ਦੂਰੋਂ ਆਉਂਦੇ ਆ ਜੀ, ਆਪਣੀ ਸ਼ਰਧਾ ਦੇ ਵਾਸਤੇ ਆਉਂਦੇ ਇੱਥੇ ਜੀ। ਜੋ ਵੀ ਸੁੱਖਣਾ ਸੁੱਖੀ ਹੁੰਦੀ ਉਹਦੇ ਵਾਸਤੇ ਨਮਸਕਾਰ ਕਰਨ ਆਉਂਦੇ ਆ। ਅਤੇ ਇਹ ਸ਼ਰਾਬ ਦਾ ਮੇਲਾ ਜੀ ਲੱਗਦਾ, ਹੋਰ ਵੀ ਚੜ੍ਹਦੀਆਂ ਜਿਵੇਂ ਚੀਜ਼ਾਂ ਹੁੰਦੀਆਂ ਜੀ ਰੱਬ ਦੇ ਜਗ੍ਹਾ 'ਤੇ, ਅਤੇ ਸ਼ਰਾਬ ਮੇਨ ਹੈ ਜੀ। ਅਤੇ ਇਸ ਤਰ੍ਹਾਂ ਕਰਕੇ ਸਾਡਾ ਬਾਬਾ ਜੀ ਦਾ ਪਿੰਡ ਮਾਨ ਬੁੱਧ ਸੀ। ਇਸ ਤਰ੍ਹਾਂ ਜੀ, ਮੈਂ ਕੁਛ ਤੁਹਾਨੂੰ ਕਹਿਣਾ ਭੁੱਲ ਗਿਆ ਸੀਗਾ ਕਿ ਹੁਣ ਜਿਸ ਤਰ੍ਹਾਂ ਸਾਡੇ ਇੱਥੇ ਮੇਲਾ ਲੱਗਦਾ ਆ, ਇਕੱਲਾ ਇਹ ਪਿੰਡ ਭੂਮੇ ਦਾ ਮੇਲਾ ਨਹੀਂ ਆ, ਬਾਹਰੋਂ ਵੀ ਸੱਜਣ ਆਉਂਦੇ ਨੇ। ਹੁਣ ਜਿਸ ਤਰ੍ਹਾਂ ਮੇਰੇ ਨਾਲ ਮੇਰੇ ਦੋਸਤ ਆਏ ਹੋਏ ਨੇ, ਅੰਮ੍ਰਿਤਸਰ ਤੋਂ ਆਏ ਹੋਏ ਨੇ, ਕੋਈ ਸਰਕਾਰੀ ਅਫਸਰ ਵੀ ਹੈਗੇ ਨੇ, ਉਹ ਛੁੱਟੀ ਲੈ ਕੇ ਆਉਂਦੇ ਨੇ ਜਾਂ ਕਿਸ ਤਰ੍ਹਾਂ ਆ, ਲੇਕਿਨ ਉਹਨਾਂ ਦੀ ਵੀ ਸ਼ਰਧਾ ਭਾਵਨਾ ਆ। ਲੇਕਿਨ ਉਹ ਉਹਨਾਂ ਦੀਆਂ ਵੀ ਆਪਸੀ ਜਿਹੜੀਆਂ ਹੁੰਦੀਆਂ ਆ, ਉਹਨਾਂ ਨੂੰ ਕੋਈ ਦਿਲੋਂ ਸ਼ਰਧਾ ਆ, ਤਾਂ ਕਰਕੇ ਆਏ ਨੇ। ਉਹਨਾਂ ਨੂੰ ਵੀ ਬੜਾ ਚੰਗਾ ਲੱਗ ਰਿਹਾ ਕਿ ਉਹ ਆ ਕੇ ਉਹ ਐਕਸਪਲੇਨ ਨਹੀਂ ਕਰ ਸਕਦੇ, ਲੇਕਿਨ ਸਾਨੂੰ ਆਪਣੀਆਂ ਭਾਵਨਾਵਾਂ ਦੱਸ ਰਹੇ ਨੇ। ਲੇਕਿਨ ਇਹ ਭਾਵਨਾਵਾਂ ਦੇ ਵਿੱਚ ਸਾਨੂੰ ਜਿਹੜੀਆਂ ਜੋ ਸਾਨੂੰ ਦਿਖ ਰਿਹਾ ਆ, ਸਾਡੀਆਂ ਜਿਹੜੀਆਂ ਅੱਖਾਂ ਨਮ ਹੋ ਜਾਂਦੀਆਂ ਆ ਕਿ ਉਹ ਕਿਸ ਤਰ੍ਹਾਂ ਆਉਂਦੇ, ਅਸੀਂ ਤਾਂ ਫਿਰ ਇੱਥੋਂ ਦੇ ਜੰਮ ਪਲੇ ਹਾਂ, ਅਤੇ ਸਾਨੂੰ ਕਿੰਨੀ ਖੁਸ਼ੀ ਹੋਏਗੀ ਜਿਹੜੀ ਆ ਬਾਹਰੋਂ ਲੋਕ ਸੰਗਤਾਂ ਆ ਉਹ ਕੀ ਸੋਚ ਕੇ ਆਉਂਦੀਆਂ ਆ, ਔਰ ਅਸੀਂ ਵਾਸਤੇ ਜੇ ਗਲਤੀ ਕਰ ਸਕੇ ਤਾਂ ਸਾਡੇ ਵਾਸਤੇ ਜਿਹੜੀ ਇਹ ਚੰਗੀ ਗੱਲ ਨਹੀਂ। ਮੈਂ ਕਹਿੰਦਾ ਪਿੰਡ ਭੂਮੇ ਦੀ ਸੰਗਤ ਨੂੰ ਬਾ ਕਹਿੰਦਾ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਤੁਹਾਨੂੰ ਐਡਾ ਵਧੀਆ ਮੌਕਾ ਦਿੱਤਾ ਹੋਇਆ ਆ। ਇਹ ਜਿਹੜੀਆਂ ਬਾਹਰੋਂ ਆਈਆਂ ਸੰਗਤਾਂ ਸਾਰੇ ਇੱਜ਼ਤ ਕਰੋ, ਰਿਸਪੈਕਟ ਕਰੋ। ਕੋਈ ਬੰਦਾ ਸ਼ਰਾਬੀ ਹੋ ਸਕਦਾ, ਕੋਈ ਗੱਲ ਨਹੀਂ, ਫਿਰ ਕੀ ਆ, ਉਹ ਮਾੜੀ ਚੰਗੀ ਗੱਲ ਕਰ ਸਕਦਾ, ਲੇਕਿਨ ਉਹਨਾਂ ਨੂੰ ਸ਼ਰਧਾ ਭਾਵਨਾ ਨਾਲ ਉਹਨਾਂ ਨੂੰ ਰਸਤੇ ਜਿਹੜਾ ਰਸਤਾ ਪੁੱਛਦਾ ਉਹਨੂੰ ਰਸਤਾ ਦੱਸੋ, ਔਰ ਜਿਹਨੂੰ ਇਹ ਚੀਜ਼ ਦੀ ਪਾਣੀ ਦਿਓ ਉਹਨੂੰ ਪਾਣੀ ਦਿਓ, ਲੇਕਿਨ ਉਹਨਾਂ ਨੂੰ ਇਹ ਮਹਿਸੂਸ ਨਾ ਕਿ ਸਾਡੇ ਪਿੰਡ ਦੀ ਜਿਹੜੀ ਆ ਸਾਡੇ ਪਿੰਡ ਵੱਲੋਂ ਕੋਈ ਰਿਸਪੈਕਟ ਦੀ ਕਮੀ ਰਹਿ ਗਈ ਹੋਵੇ, ਤਾਂ ਮੈਂ ਉਹਨਾਂ ਵੱਲੋਂ ਮਾਫ਼ੀ ਮੰਗਦਾ ਹਾਂ। ਲੇਕਿਨ ਵਾਹਿਗੁਰੂ ਸੱਚੇ ਪਾ ਇੰਨੀ ਨੂੰ ਸ਼ਖਸ਼ ਸਾਡੇ ਤੋਂ ਅੱਗੇ ਤੋਂ ਭੁੱਲ ਵਾਹਿਗੁਰੂ ਜੀ।